ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਤੇ ਬੁਲੇਟਿਨ ਦੀ ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਖਬਰਾਂ 'ਤੇ। ਸਵਿਸ ਬੈਂਕ ਵਿੱਚ ਕਾਲਾ ਧਨ ਰੱਖਣ ਵਾਲਿਆਂ ਦੀ ਖੁੱਲ੍ਹਣ ਲੱਗੀ ਪੋਲ, ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ਿਕੰਜਾ ਕੱਸਣਾ ਕੀਤਾ ਸ਼ੁਰੂ। ਪੰਜਾਬ ਭਾਰਤੀਆਂ ਦੀਆਂ ਬੈਂਕ ਸੰਬੰਧੀ ਸੂਚਨਾਵਾਂ ਦੇਣ ਦੀ ਪ੍ਰਕਿਰਿਆ ਵਿੱਚ ਲੱਗੇ ਅਧਿਕਾਰੀ। ਨਾਈਜੀਰੀਆ ਵਿੱਚ ਆਤਮਘਾਤੀ ਹਮਲਾ, 3 ਆਤਮਘਾਤੀ ਹਮਲਾਵਰਾਂ ਨੇ ਖੁਦ ਨੂੰ ਉਡਾਇਆ। ਹਮਲੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ, 40 ਲੋਕ ਜ਼ਖਮੀ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ DSGMC ਵਫਦ ਨੇ ਸਿੱਕਮ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ। ਸਿੱਕਮ ਵਿਖੇ ਗੁਰੂ ਕੀ ਸੰਗਤ ਨੂੰ ਦਰਪੇਸ਼ ਮੁਸ਼ਕਲਾਂ ਤੋਂ ਕਰਵਾਇਆ ਜਾਣੂ। ਦਿੱਲੀ ਵਿੱਚ ਬਜ਼ੁਰਗ ਸਿੱਖ ਅਤੇ ਉਸਦੇ ਪੁੱਤਰ ਦੀ ਕੁੱਟਮਾਰ ਦੇ ਖਿਲਾਫ਼ DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਵਫਦ ਨੇ ਕਮਿਸ਼ਨ ਆਫ਼ ਪੁਲਿਸ ਨਾਲ ਕੀਤੀ ਮੁਲਾਕਾਤ। ਦਿੱਲੀ ਪੁਲਿਸ ਨੇ ਮਾਮਲੇ ਵਿੱਚ ਇੱਕ ਕ੍ਰਾਸ FIR ਕੀਤਾ ਦਰਜ, ਮਾਮਲਾ ਕ੍ਰਾਈਮ ਬ੍ਰਾਂਚ ਨੂੰ ਸੌਂਪਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਅਣਐਲਾਨੇ ਖਾਤੇ ਰੱਖਣ ਵਾਲੇ ਭਾਰਤੀਆਂ ਦੇ ਖਿਲਾਫ਼ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਏ। ਸਵਿਟਜ਼ਰਲੈਂਡ ਦੇ ਅਧਿਕਾਰੀ ਇਸ ਸਿਲਸਿਲੇ ਵਿੱਚ ਘੱਟੋ ਘੱਟ 50 ਭਾਰਤੀਆਂ ਦੀਆਂ ਬੈਂਕ ਸੰਬੰਧੀ ਸੂਚਨਾਵਾਂ ਭਾਰਤੀ ਅਧਿਕਾਰੀਆਂ ਨੂੰ ਸੌਂਪਣ ਦੀ ਪ੍ਰਕਿਰਿਆ ਵਿੱਚ ਲੱਗੇ ਹੋਏ ਨੇ। ਅਜਿਹੇ ਲੋਕਾਂ ਵਿੱਚ ਜ਼ਿਆਦਾਤਰ ਜ਼ਮੀਨ ਜਾਇਦਾਦ, ਵਿੱਤੀ ਸੇਵਾਵਾਂ, ਤਕਨੀਕੀ ਦੂਰ ਸੰਚਾਰ, ਘਰੇਲੂ ਸਾਜੋ ਸਮਾਨ, ਕੱਪੜਾ, ਇੰਜੀਨੀਅਰਿੰਗ ਸਮਾਨ ਅਤੇ ਹੀਰਿਆਂ ਅਤੇ ਹੋਰ ਗਹਿਣਿਆਂ ਦੇ ਕਾਰੋਬਾਰ ਨਾਲ ਜੁੜੇ ਕਾਰੋਬਾਰੀ ਅਤੇ ਕੰਪਨੀਆਂ ਸ਼ਾਮਲ ਨੇ। ਇਹਨਾਂ ਵਿੱਚੋਂ ਕੁਝ ਕੰਪਨੀਆਂ ਫਰਜ਼ੀ ਵੀ ਹੋ ਸਕਦੀਆਂ ਨੇ। ਇਹ ਜਾਣਕਾਰੀ ਦੋਵਾਂ ਦੇਸ਼ਾਂ ਵਿੱਚ ਵਾਲੇ ਆਪਸੀ ਪ੍ਰਸ਼ਾਸਨਿਕ ਸਹਾਇਤਾ ਦੀ ਪ੍ਰਕਿਰਿਆ ਨਾਲ ਜੁੜੇ ਅਫਸਰਾਂ ਨੇ ਸਾਂਝੀ ਕੀਤੀ ਹੈ। ਸਵਿਸ ਸਰਕਾਰ ਨੇ ਟੈਕਸ ਚੋਰਾਂ ਦੀ ਪਨਾਹਗਾਹ ਵਜੋਂ ਆਪਣੇ ਦੇਸ਼ ਦੀ ਸ਼ਾਖ ਬਦਲਣ ਲਈ ਕੁਝ ਉਪਰਾਲੇ ਵੀ ਕੀਤੇ ਨੇ। ਉਹ ਇਸ ਸਬੰਧੀ ਸਮਝੌਤੇ ਦੇ ਤਹਿਤ ਵੱਖ ਵੱਖ ਦੇਸ਼ਾਂ ਨਾਲ ਸ਼ੱਕੀ ਵਿਅਕਤੀਆਂ ਬਾਰੇ ਬੈਂਕਿੰਗ ਸੂਚਨਾਵਾਂ ਨੂੰ ਸਾਂਝਾ ਕਰਨ ਦੇ ਪ੍ਰਬੰਧ ਨਾਲ ਜੁੜ ਗਿਆ ਹੈ। ਉੱਤਰ ਪੂਰਬੀ ਨਾਈਜੀਰੀਆ ਵਿੱਚ ਬੋਕੋ ਹਰਾਮ ਦੇ 3 ਅੱਤਵਾਦੀਆਂ ਦੇ ਹਮਲੇ ਦੇ ਵਿੱਚ 30 ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਬੇ ਦੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਮੁਹਿੰਮ ਮੁਖੀ ਉਸਮਾਨ ਕਚੱਲਾ ਨੇ ਦੱਸਿਆ ਕਿ ਆਤਮਘਾਤੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 30 ਤੱਕ ਪਹੁੰਚ ਗਈ ਹੈ ਅਤੇ 40 ਤੋਂ ਜ਼ਿਆਦਾ ਲੋਕ ਜ਼ਖਮੀ ਨੇ। 3 ਆਤਮਘਾਤੀ ਹਮਲਾਵਰਾਂ ਨੇ ਕੋਦੁੰਗਾ ਵਿੱਚ ਇੱਕ ਹਾਲ ਦੇ ਬਾਹਰ ਖੁਦ ਨੂੰ ਉਡਾ ਲਿਆ। ਇੱਥੇ ਲੋਕ TV ਤੇ ਫੁੱਟਬਾਲ ਮੈਚ ਵੇਖਣ ਲਈ ਇਕੱਠੇ ਹੋਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਕਮ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਵਿਖੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਉਸ ਸਥਾਨ ਤੇ ਦੁਬਾਰਾ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਦੀ ਗੱਲ ਕੀਤੀ ਗਈ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਤੇ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ। ਇਸ ਤੇ ਸਿੱਕਮ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਜਲਦ ਹੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਡੋਂਗਵਾਰ ਸਾਹਿਬ ਗੁਰਦੁਆਰਾ ਸਾਹਿਬ ਦੀ ਜਿਹੜਾ ਡਿਸਪਿਊਟ ਹੋ ਗਿਆ ਜਿੱਥੇ ਉਹਨਾਂ ਨੇ ਨੋਟਿਸ ਦੇ ਕੇ ਗੁਰੂ ਘਰ ਨੂੰ ਉੱਥੋਂ ਸ਼ਿਫਟ ਕਰਨ ਦਾ ਨੋਟਿਸ ਦਿੱਤਾ, ਅਸੀਂ ਮੁੱਖ ਮੰਤਰੀ ਜੀ ਨੂੰ ਮਿਲੇ ਹਾਂ, ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਹਿਸਟੋਰਿਕ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪ ਆਏ ਸੀ ਇੱਥੇ, ਅਤੇ ਆਹ ਬੜਾ ਇਮੋਸ਼ਨਲ ਸੈਂਟੀਮੈਂਟਲ ਜਗ੍ਹਾ ਹੈ ਪੂਰੀ ਕੌਮ ਵਾਸਤੇ, ਅਤੇ ਉਹ ਜਿਹੜੀ ਜਗ੍ਹਾ ਜਿੱਥੋਂ ਸਾਨੂੰ ਜਿੱਥੇ ਗੁਰੂ ਮਹਾਰਾਜ ਆਏ ਸੀ ਉਸ ਜਗ੍ਹਾ ਤੋਂ ਸਾਨੂੰ ਡਿਸਲੋਕੇਟ ਨਾ ਕੀਤਾ ਜਾਏ ਅਤੇ ਉੱਥੇ ਸਾਨੂੰ ਪਰਮਿਸ਼ਨ ਦਿੱਤੀ ਜਾਏ, ਸੋ ਜਗ੍ਹਾ ਨੂੰ ਵਾਪਸ ਅਸੀਂ ਗੁਰੂ ਘਰ ਉੱਥੇ ਬਣਾਉਣ ਦੀ ਪਰਮਿਸ਼ਨ ਅਸੀਂ ਅਨਕਿਆ ਸਾਨੂੰ ਜ਼ਰੂਰ ਦਿੱਤੀ ਜਾਏ। ਮੈਂ ਸਟਰੋਂਗਲੀ ਕੰਡੈਮ ਕਰਦਾ, ਮੈਨੂੰ ਸਰਸਾ ਸਾਹਿਬ ਨੇ ਪੂਰੀ ਐਗਜ਼ੈਕਟ ਬਰੀਫਿੰਗ ਦਿੱਤੀ ਹੈ, ਪੂਰੀ ਰਾਤ ਸਰਸਾ ਸਾਹਿਬ ਆਪ ਉੱਥੇ ਸਾਡੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਥੇ ਸੀ। ਸਟਰੋਂਗ ਐਕਸ਼ਨ ਲੈਣਾ ਚਾਹੀਦਾ ਜਿਨ੍ਹਾਂ ਪੁਲਿਸ ਅਫਸਰ ਨੇ ਕੀਤਾ, ਕਿਉਂਕਿ ਇਹ ਐਗਜ਼ਾਮਪਲ ਸੈੱਟ ਹੋਏ ਕਿ ਅੱਗੇ ਤੋਂ ਇਹ ਚੀਜ਼ ਨਾ ਹੋਏ। ਜੋ ਡਾਂਗਮਾਰ ਗੁਰਦੁਆਰਾ ਸਾਹਿਬ ਹੈ ਸਿੱਕਮ ਦੇ ਵਿੱਚ, ਉੱਥੇ ਵੀ ਉਹਨਾਂ ਦੇ ਪਵਿੱਤਰ ਚਰਨ ਪਏ ਸਨ ਔਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਉੱਥੇ ਗੁਰਦੁਆਰਾ ਸੀ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਔਰ ਉਸ ਸਮੇਂ ਮਿਲਟਰੀ ਵੀ ਸਾਰੀ ਸੇਵਾ ਸੰਭਾਲ ਕਰਦੀ ਸੀ ਔਰ ਪਿਛਲੇ ਸਮੇਂ ਤੋਂ ਲੈ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਵੀ ਚੁੱਕ ਕੇ ਹੇਠਾਂ ਲਿਆਂਦਾ ਗਿਆ ਔਰ ਅਸੀਂ ਉਹ ਗੁਰਦੁਆਰਾ ਸਾਹਿਬ ਵੀ ਉੱਥੇ ਲੋਕਲ ਬੰਦਿਆਂ ਨੇ ਜਿਹੜਾ ਉਹ ਸਮਾਪਤ ਕਰ ਦਿੱਤਾ। ਉਹਦੇ ਲਈ ਅੱਜ ਅਸੀਂ ਸਿੱਕਮ ਦੇ ਮੁੱਖ ਮੰਤਰੀ ਜੀ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਚਰਨ ਪਏ ਨੇ ਉਹ ਗੁਰਦੁਆਰਾ ਸਾਹਿਬ ਸਾਨੂੰ ਮੁੜ ਕੇ ਔਰ ਸਿੱਖ ਸੰਗਤਾਂ ਨੂੰ ਦਿੱਤਾ ਜਾਵੇ, ਉੱਥੇ ਗੁਰਦੁਆਰਾ ਦੀ ਸਥਾਪਨਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣ, ਕਿਉਂਕਿ ਅੱਜ ਸਾਰੀ ਸੰਗਤ 550 ਸਾਲਾ ਗੁਰੂ ਨਾਨਕ ਸਾਹਿਬ ਦਾ ਮਨਾ ਰਹੇ ਹਾਂ। ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਵੱਡੀ ਦੇਣ ਹੋਏਗੀ ਉਸਨੂੰ ਵੀ ਸਰਕਾਰ ਦੀ ਕਿ 550 ਸਾਲਾਂ ਨੂੰ ਕਿ ਉੱਥੇ ਗੁਰਦੁਆਰਾ ਦੀ ਜਿਹੜੀ ਹੈ ਸਥਾਪਨਾ ਹੋਵੇ, ਸਾਰੀਆਂ ਸਿੱਖ ਸੰਗਤਾਂ ਰਲ ਮਿਲ ਕੇ ਉਹਦੀ ਸੇਵਾ ਕਰਨ ਉੱਥੇ।
ਇਸ ਦੇ ਨਾਲ ਹੀ ਸਿੱਖ ਆਟੋ ਡਰਾਈਵਰ ਤੇ ਉਸ ਦੇ ਨਾਬਾਲਗ ਲੜਕੇ ਦੀ ਕੁੱਟਮਾਰ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤੇ ਜਾਣ ਦੀ ਮੰਗ ਕੀਤੀ ਹੈ। ਮੈਂ ਸਮਝਦਾ ਬਹੁਤ ਬੜੇ ਦੁੱਖ ਕੀ ਗੱਲ ਹੈਗੀ, ਜਿਸ ਤਰ੍ਹਾਂ ਪਿਓ ਪੁੱਤ ਜਿਹੜੇ ਗੁਰਸਿੱਖ ਸੀ ਉਹਨਾਂ ਦੀ ਜਿਸ ਤਰ੍ਹਾਂ ਬੇਹੱਦ ਤਸ਼ੱਦਦ ਉਹਨਾਂ ਦੇ ਉੱਤੇ ਕੀਆ, ਕੁੱਟਮਾਰ ਕੀਤੀ ਹੈ, ਪੁਲਿਸ ਨੇ ਜਿਸ ਤਰ੍ਹਾਂ ਦਾ ਉਹਨਾਂ ਉੱਤੇ ਬੇਰਹਿਮੀ, ਜਿਸ ਤਰ੍ਹਾਂ ਕਿ ਪਸ਼ੂਆਂ ਨੂੰ ਕੁੱਟਿਆ ਜਾਂਦਾ, ਇਸ ਤਰ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ, ਇਹ ਬਹੁਤ ਘਿਨਾਉਣੀ ਹਰਕਤ ਹੋਈ ਹੈ। ਸਿੱਖ ਆਟੋ ਡਰਾਈਵਰ ਸਰਬਜੀਤ ਸਿੰਘ ਅਤੇ ਉਸ ਦੇ ਨਾਬਾਲਗ ਲੜਕੇ ਦੀ ਕੁੱਟਮਾਰ ਵਿੱਚ ਸ਼ਾਮਲ ਸਾਰੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਇਹ ਭਰੋਸਾ ਕਮਿਸ਼ਨ ਆਫ਼ ਪੁਲਿਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਉਹਨਾਂ ਨੂੰ ਮਿਲੇ ਵਫਦ ਨੂੰ ਦਵਾਇਆ ਏ। ਇਸ ਵਫਦ ਵਿੱਚ ਪੀੜਤ ਸਰਬਜੀਤ ਸਿੰਘ ਤੋਂ ਇਲਾਵਾ DSGMC ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਜੂਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਅਤੇ ਹੋਰ ਮੈਂਬਰ ਸ਼ਾਮਲ ਸਨ। ਸਰਬਜੀਤ ਨੇ ਵੀ ਬਤਾਇਆ, ਹਮਾਰੇ ਸਾਥ ਸਾਰੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੇ ਆਫਿਸ ਬਿਲਰਸ ਨੇ ਔਰ ਸਭ ਨੇ ਜਾ ਕੇ ਉਨਕੋ ਇਹ ਬਾਤ ਸੇ ਅਵਗਤ ਕਰਾਇਆ। ਸਰਬਜੀਤ ਕੀ ਮੰਗ ਥੀ, ਉਸਕੇ ਸਾਥ ਜਾਤੀ ਹੋਈ ਹੈ ਔਰ ਉਸਕੇ ਤਹਿਤ ਦਿੱਲੀ ਪੁਲਿਸ ਕੇ ਉਨ ਲੋਗੋਂ ਕੇ ਖਿਲਾਫ਼ ਮੁਕੱਦਮਾ ਦਰਜ ਹੋਣਾ ਚਾਹੀਏ। ਕਮਿਸ਼ਨਰ ਪੁਲਿਸ ਨੇ ਅਭੀ ਤੁਰੰਤ ਯਹਾਂ ਸੇ ਕੰਪਲੇਂਟ ਲੀ, ਸਰਬਜੀਤ ਨੇ ਆਪਣੀ ਕੰਪਲੇਂਟ ਦੀ ਜੋ ਕਾਪੀ ਹਮ ਆਪਕੋ ਅਭੀ ਪ੍ਰੋਵਾਈਡ ਕਰਾਏਂਗੇ ਔਰ ਦਿੱਲੀ ਪੁਲਿਸ ਕੇ ਕਮਿਸ਼ਨਰ ਸਾਹਿਬ ਨੇ ਇਹ ਕਿਹਾ ਕਿ ਉਹ ਅਭੀ 2 ਘੰਟੇ ਕੇ ਅੰਦਰ ਅੰਦਰ ਸਭੀ ਉਨ ਪੁਲਿਸ ਵਾਲੋਂ ਕੇ ਖਿਲਾਫ਼ ਮੁਕੱਦਮਾ ਦਰਜ ਕਰੇਂਗੇ ਜਿਨ੍ਹੋਂਨੇ ਕੱਲ੍ਹ ਇਹ ਘਿਨੌਨਾ ਹਰਕਤ ਕੀ ਹੈ, ਮਾਨੀਆ ਕਾਮ ਕੀਆ ਹੈ, ਉਸ ਪੁਲਿਸ ਕੇ ਖਿਲਾਫ਼ ਕਾਰਵਾਈ ਹੋਗੀ, ਮੁਕੱਦਮਾ ਦਰਜ ਪੁਲਿਸ ਕੇ ਖਿਲਾਫ਼ ਹੋਗਾ ਔਰ ਆਜ ਹੀ ਹੋਗਾ ਔਰ ਅਭੀ ਹੋਗਾ। ਹਮਨੇ ਜੋ ਕੰਪਲੇਂਟ ਦੀ ਹੈ, ਅਗਲੀ ਸੁਣੀਏ। ਦੂਸਰੀ ਬਾਤ, ਜੋ ਸਰਬਜੀਤ ਕਾ ਲਿਆ ਜਾ ਰਹਾ ਥਾ ਕਿ ਇਸਕੇ ਉੱਪਰ ਮੁਕੱਦਮਾ ਦਰਜ ਕਰ ਦਿਆ ਗਿਆ, ਐਸੀ ਗਲਤ ਅਫਵਾਹੇਂ ਥੀ, ਕੋਈ 307 ਨਹੀਂ ਲਗੀ, ਜੋ ਸਿੰਪਲ ਇੰਜਰੀ ਹੋਈ ਹੈ, ਸਿੰਪਲ ਇੰਜਰੀ ਕਾ ਮੁਕੱਦਮਾ ਹੈ, 307 ਕੋਈ ਸਰਬਜੀਤ ਕੇ ਉੱਪਰ ਨਹੀਂ ਲਗਾਈ ਗਈ। ਤੀਸਰੀ ਬਾਤ, ਜੁਆਇੰਟ CP ਜੁਆਇੰਟ ਕਮਿਸ਼ਨਰ ਪੁਲਿਸ ਜੋ ਨੌਰਦਰਨ ਰੇਂਜ ਹੈ, ਉਹ ਇੱਕ ਇਨਕੁਆਇਰੀ ਕੰਡਕਟ ਕਰ ਰਹੇ ਹੈ, ਮੁਕੱਦਮਾ ਦਰਜ ਹੋਗਾ ਔਰ ਜੋ ਮੁਕੱਦਮੇ ਕੇ ਅੰਦਰ ਧਾਰਾਏ ਹੈ, ਜੋ ਮੁਕੱਦਮੇ ਕੇ ਅੰਦਰ ਲੋਕ ਇਨਵੋਲਵ ਹੈ, ਉਨ ਸਭ ਕੀ ਜੋ ਜਾਂਚ ਹੈ ਉਹ ਜੁਆਇੰਟ CP ਕਰੇਂਗੇ ਔਰ ਉਹ ਇਨਕੁਆਇਰੀ ਰਿਪੋਰਟ ਦੇਂਗੇ ਔਰ ਉਸਕੇ ਇਲਾਵਾ ਵੀ ਅਗਰ ਕੋਈ ਸੈਕਸ਼ਨ ਬਣਤਾ ਹੋਗਾ ਤੋ ਵੋ ਵੀ ਪੁਲਿਸ ਕੇ ਉੱਪਰ ਲਗਾਇਆ ਜਾਏਗਾ। ਯੇ ਹਮੇ ਆਜ ਕਮਿਸ਼ਨਰ ਆਫ਼ ਪੁਲਿਸ ਨੇ ਖੁਦ ਆਸ਼ਵਾਸਨ ਦਿਆ। ਸਰਬਜੀਤ ਖੁਦ ਜਾ ਕੇ ਆਪਣੀ ਬਾਤ ਉਨਸੇ ਬਤਾਈ, ਬੜੇ ਪੇਸ਼ੈਂਸ ਨੇ ਉਨਸੇ ਬਾਤ ਸੁਣੀ ਔਰ ਉਹਨੇ ਜੋ ਕਾਰਵਾਈ ਕਾ ਆਸ਼ਵਾਸਨ ਦਿਆ ਵੋ ਕੇਵਲ ਆਸ਼ਵਾਸਨ ਨਹੀਂ ਬਲਕਿ ਇਹ ਬਤਾਇਆ ਕਿ ਅਗਲੇ 1.5-2 ਘੰਟੇ ਕੇ ਅੰਦਰ ਆਪਕੋ FIR ਪ੍ਰੋਵਾਈਡ ਕਰਾਈ ਜਾਏਗੀ। ਹਮਾਰੀ ਗਾੜੀ ਸਾਈਡ ਮੇਂ ਖੜੀ ਥੀ, ਪੀਛੇ ਸੇ ਜਿਪਸੀ ਆਈ ਥੀ, ਏਕਦਮ ਹਮਾਰੇ ਪਾਸ ਆ ਕੇ ਰੁਕੀ, ਹਮੇ ਅਪਸ਼ਬਦ ਕਹੇ ਗਏ, ਡੰਡਾ ਦਿਖਾਇਆ ਗਿਆ, ਕ੍ਰੋਧ ਸੇ ਬੋਲਾ ਗਿਆ, ਅਹੰਕਾਰ ਸੇ ਬੋਲਾ ਗਿਆ, ਵਹਾਂ ਕੈਂਪ ਮੇਂ ਜਾ ਕੇ ਫਿਰ ਰੁਕੇ ਥਾਣੇ ਕੇ ਆਗੇ, ਹਮਾਰੀ ਗਾੜੀ ਆਈ, ਹਮੇ ਫਿਰ ਆ ਦਿਆ, ਵਹੀ ਕ੍ਰੋਧ, ਵਹੀ ਡੰਡਾ, ਵਹੀ ਅਹੰਕਾਰ, ਹਮੇ ਫਿਰ ਇਸ ਗਾੜੀ ਸਾਈਡ ਪੇ ਲਗਾਨੇ ਕੇ ਲੇ ਕੇ ਆ ਗਿਆ, ਹਮਨੇ ਲਗਾ ਦੀ, ਉਹ ਆ ਰਹੇ ਥੇ ਹਮਾਰੇ ਪਾਸ, ਫਿਰ ਬੈਕ ਹੋਏ ਥਾਣੇ ਮੇਂ ਸੇ ਸਾਰੇ ਸਟਾਫ ਕੋ ਬੁਲਾ ਕਰ ਲਾਠੀਓ ਕੇ ਸਾਥ ਹਮਾਰੇ ਉੱਪਰ ਅਟੈਕ ਕਰਨੇ ਕੇ ਲਈ ਆ ਗਏ ਔਰ ਅਟੈਕ ਕੀਆ ਵੀ। ਤੋ ਸਰ ਆਪ ਕੇ ਜੇ ਪੁਲਿਸ ਗੁੰਡਾਗਰਦੀ ਮਾਨਤੇ ਹੈ, ਆਪਕਾ ਬੇਟਾ ਵੀ ਸਾਥ ਬੇਟਾ ਮਾਨਤੇ ਗੁੰਡਾਗਰਦੀ ਮਾਨਤੇ ਹੈ, ਇਹ ਸਰਾਸਰ ਗੁੰਡਾਗਰਦੀ ਹੈ। ਸਰ ਆਪ ਬਤਾ, ਆਪਕੋ ਅੰਦਰ ਵੀ ਲੈ ਕੇ ਗਏ ਜਹਾਂ CCTV ਨਹੀਂ ਥਾ, ਉਸਕੇ ਬਾਰੇ ਮੇਂ ਥੋੜਾ ਜ਼ਿਕਰ ਕਰੇਂ। ਵਹਾਂ ਕਿਆ ਕਿਤਨਾ ਹਮਾਰੇ ਬੇਟੇ ਕਾ ਕਹਿਣਾ ਹੈ ਕਿ ਆਪਸ ਮੇਂ ਬਾਤ ਕਰ ਰਹੇ ਥੇ, ਕੌਣ ਪੁਲਿਸ ਵਾਲੇ ਜੋ ਵੀ ਥੇ ਵਹਾਂ 3-4, ਉਹ ਕਹਿ ਰਹੇ ਥੇ ਕਿ ਇਸਕੋ ਉਸ ਕਮਰੇ ਮੇਂ ਲੈ ਚਲੋ ਜਹਾਂ CCTV ਕੈਮਰਾ ਨਹੀਂ ਹੈ, ਜਹਾਂ ਪਰ ਪਿਕਚਰ ਕੈਚ ਨਾ ਹੋ ਸਕੇ, ਕਿਉਂਕਿ ਵਹਾਂ ਇਹਨੇ ਬੱਚੇ ਕੋ ਮਾਰਨਾ ਥਾ ਔਰ ਮਾਰਾ ਵੀ, ਟੋਰਚਰ ਵੀ ਕੀਆ, ਕਿਸੀ ਨੇ ਗੁੱਸੇ ਮਾਰੇ, ਕਿਸੀ ਨੇ ਮਤਲਬ ਐਸੇ ਐਸੇ ਕਰਕੇ ਮਾਰੇ, ਕਿਸੀ ਨੇ ਲਾਤੇ ਮਾਰੀ, ਕਿਸੀ ਨੇ ਡੰਡਾ ਮਾਰਾ। ਇਸ ਦੇ ਨਾਲ ਹੀ ਸਰਦਾਰ ਪਰਮਜੀਤ ਸਿੰਘ ਖੁਰਾਣਾ, ਚੇਅਰਮੈਨ ਮਾਤਾ ਬੇਅੰਤ ਕੌਰ ਚੈਰੀਟੇਬਲ ਟਰੱਸਟ ਵੱਲੋਂ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਸਰਦਾਰ ਪਰਮਜੀਤ ਸਿੰਘ ਖੁਰਾਣਾ ਨੇ ਦਿੱਲੀ ਸਰਕਾਰ ਤੋਂ ਘਟਨਾ ਦੀ ਜਾਂਚ ਦੀ ਮੰਗ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੀ ਮੁਕਰਜੀ ਨਗਰ ਜੋ ਮੰਦਭਾਗੀ ਘਟਨਾ ਹੋਈ ਹੈ, ਉਸ ਘਟਨਾ ਨੇ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਔਰ ਨਾਨ ਸਿੱਖ ਨੂੰ ਕਮਿਊਨਿਟੀ ਨੂੰ ਦੇ ਦਿਲਾਂ ਨੂੰ ਝੰਜੋਰ ਕੇ ਰੱਖ ਦਿੱਤਾ ਹੈ। ਜੋ ਦੇਖਿਆ ਗਿਆ ਹੈ ਵੀ ਕੁਛ ਪੁਲਿਸ ਵਾਲੇ ਇੱਕ ਸਿੱਖ ਸਕੂਟਰ ਡਰਾਈਵਰ ਨੂੰ ਜੋ ਮਾਰ ਰਹੇ ਨੇ ਔਰ ਇਸ ਤਰ੍ਹਾਂ ਮਾਰ ਰਹੇ ਨੇ ਬਈ ਜਿਵੇਂ ਜਾਨਵਰਾਂ ਨਾਲ ਵੀ ਅਜਿਹਾ ਵਿਵਹਾਰ ਨਹੀਂ ਕੀਤਾ ਜਾਂਦਾ, ਕੀ ਇਸ ਦੇ ਅਸੀਂ ਆਪ ਜ਼ਿੰਮੇਵਾਰ ਨਹੀਂ ਹਾਂ? ਪਿਛਲੇ ਦਿਨਾਂ 'ਚ ਹੋਣ ਵਾਲੀ ਕਈ ਘਟਨਾਵਾਂ ਜਿਹਦੇ 'ਚ
ਸਿੱਖਾਂ ਉੱਤੇ ਮੈਂ ਦੇਖਿਆ ਵੀ ਹਾਈਵੇ ਦੇ ਉੱਤੇ ਟਰੱਕਾਂ ਦੇ 'ਚੋਂ ਉਤਾਰ ਕੇ ਡਰਾਈਵਰਾਂ ਨੂੰ ਮਾਰਿਆ ਗਿਆ, ਜਾਂ ਸਾਡੇ ਜਿਹੜੇ ਸਿੱਖ ਸੰਸਥਾਨ ਹੈਗੇ ਨੇ ਜਿਵੇਂ ਗੁਰਦੁਆਰਾ ਗਿਆਨ ਗੋਦੜੀ ਜਾਂ ਗੁਰਦੁਆਰਾ ਡਾਂਗਮਾਰ ਸਾਹਿਬ, ਜਿਨ੍ਹਾਂ ਉੱਤੇ ਜ਼ਬਰਦਸਤੀ ਕਬਜ਼ੇ ਕਰ ਲਿੱਤੇ ਗਏ ਨੇ, ਔਰ ਇਹਦੇ ਵਿੱਚ ਮੈਂ ਸਮਝਦਾ ਮੈਂ ਕਿਧਰੇ ਸਾਡੀਆਂ ਸਿੱਖ ਸੰਸਥਾਵਾਂ ਜ਼ਿੰਮੇਵਾਰ ਨਹੀਂ ਨੇ, ਸਾਨੂੰ ਇਹਦੇ 'ਤੇ ਸੋਚਣਾ ਪਏਗਾ। ਔਰ ਅੱਜ ਉਹ ਵਕਤ ਆ ਗਿਆ ਵੀ ਅਸੀਂ ਆਪਣੇ ਆਪਣੇ ਜਿਹੜੇ ਕਿ ਆਪਣੇ ਪਰਸਨਲ ਜਿਹੜੇ ਹੈਗੇ ਨੇ ਖਿਆਲਾਤ, ਉਹਨਾਂ ਨੂੰ ਸਾਈਡ 'ਤੇ ਰੱਖ ਕੇ ਅਸੀਂ ਅਗਰ ਸਾਰੇ ਇੱਕ ਨਿਸ਼ਾਨ ਸਾਹਿਬ ਇੱਕ ਝੰਡੇ ਦੇ ਥੱਲੇ ਖੜ੍ਹੇ ਹੋ ਕੇ ਅਗਰ ਕੁਛ ਕਰੀਏ ਤਾਂ ਸ਼ਾਇਦ ਅਸੀਂ ਕੌਮ ਵਾਸਤੇ ਕੁਛ ਕਰ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸਿੰਘ ਮਲਸੀਆਂ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ ਆਟੋ ਡਰਾਈਵਰ ਸਰਬਜੀਤ ਸਿੰਘ ਅਤੇ ਉਸਦੇ ਨਾਬਾਲਗ ਲੜਕੀ ਦੀ ਕੁੱਟਮਾਰ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਜਿਸ ਤਰ੍ਹਾਂ ਸਿੱਖਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਉਸ ਨੂੰ ਲੈ ਕੇ ਸਾਰੇ ਹਿੰਦੁਸਤਾਨ ਦੇ ਸਿੱਖਾਂ ਵਿੱਚ ਰੋਸ ਹੈ। ਸਿੱਖਾਂ 'ਤੇ ਤਸ਼ੱਦਦ ਢਾਉਣ ਵਾਲੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਕੇਸ ਦਰਜ ਹੋਣਾ ਚਾਹੀਦਾ ਅਤੇ ਗ੍ਰਹਿ ਮੰਤਰੀ ਨੂੰ ਅਜਿਹੇ ਮਾਮਲੇ ਵਿੱਚ ਸਖ਼ਤੀ ਭਰੇ ਕਦਮ ਚੁੱਕਣੇ ਚਾਹੀਦੇ ਨੇ। ਜੋ ਵੀਡੀਓ ਦੇਖੇ ਉਹ ਵੀਡੀਓ ਵਾਕਈ ਦਿਲ ਦਹਿਲਾਉਣ ਵਾਲੇ ਸਨ। ਬਹੁਤ ਅਤਿਆਚਾਰ ਕੀਤਾ ਦਿੱਲੀ ਪੁਲਿਸ ਨੇ ਉਹਨਾਂ ਪਿਓ ਪੁੱਤਰ 'ਤੇ। ਵੀਡੀਓ 'ਚ ਮੈਨੂੰ ਇਹ ਵੀ ਨਜ਼ਰ ਆ ਰਿਹਾ ਕਿ ਪੁਲਿਸ ਦਾ ਇਹ ਕਹਿਣਾ ਕਿ ਉਹਨਾਂ ਨੇ ਕਿਰਪਾਨ ਕੱਢੀ, ਕਿਰਪਾਨ ਕੱਢ ਕੇ ਕਿਸੇ ਪੁਲਿਸ ਵਾਲੇ ਨੂੰ ਮਾਰਨਾ ਚਾਹਿਆ ਤਾਂ ਪੁਲਿਸ ਉਹਨੂੰ ਪਕੜ ਕੇ ਮੁਕੱਦਮਾ ਦੇ ਸਕਦੀ ਸੀ, ਉਹਨੂੰ ਜੇਲ੍ਹ ਕਰ ਸਕਦੀ ਸੀ, ਉਹਦੇ ਉੱਪਰ ਧਾਰਾ ਲਗਾ ਸਕਦੀ ਸੀ, ਮਗਰ ਪੁਲਿਸ ਦਾ ਇਤਨਾ ਬੇਦਰਦੀ ਨਾਲ ਉਹਨਾਂ ਨੂੰ ਮਾਰਨਾ ਕਿਸੇ ਸਿੱਖ ਨੂੰ ਬਰਦਾਸ਼ਤ ਨਹੀਂ ਹੋਇਆ। ਔਰ ਹਿੰਦੁਸਤਾਨ ਦਾ ਕੀ ਪੂਰੇ ਸੰਸਾਰ ਭਰ ਦਾ ਸਿੱਖ ਇਹਦੇ ਲਈ ਬਹੁਤ ਰੋਸ਼ 'ਚ ਹੈ, ਬਹੁਤ ਦੁਖੀ ਹੈ। ਬਿਲਕੁਲ ਗਲਤ ਹੋਇਆ, ਇਹਨਾਂ ਪੁਲਿਸ ਵਾਲਿਆਂ ਖਿਲਾਫ਼ ਮੁਕੱਦਮਾ ਹੋਣਾ ਚਾਹੀਦਾ, ਅਪਰਾਧਿਕ ਧਾਰਾਵਾਂ ਦਰਜ ਹੋਣ, ਉਹਨਾਂ ਪਿਓ ਪੁੱਤਰਾਂ ਨੂੰ ਕੰਪਨਸੇਸ਼ਨ ਮਿਲਣਾ ਚਾਹੀਦਾ ਹੈ। ਆਈ ਥਿੰਕ ਉਹ ਮੁਜਰਿਮ ਨਹੀਂ ਹੈ, ਉਹ ਵਿਕਟਮ ਹੈ, ਉਹਨਾਂ ਨਾਲ ਗਲਤ ਹੋਇਆ, ਉਹਨਾਂ ਨੂੰ ਬਿਲਕੁਲ ਨਿਆਂ ਮਿਲਣਾ ਚਾਹੀਦਾ ਹੈ। ਸਰਕਾਰ ਵੱਲੋਂ ਦਵਾਈ ਦਾਰੂ ਦੇ ਪੈਸੇ ਮਿਲਣੇ ਚਾਹੀਦੇ ਹੈ। ਔਰ ਮੈਂ ਇਹ ਵੀ ਚਾਹੂੰਗਾ ਕਿ ਆਉਣ ਵਾਲੇ ਟਾਈਮ 'ਚ ਕਿਸੇ ਸਿੱਖ ਜਾਂ ਕਿਸੇ ਵੀ ਧਰਮ ਦੇ ਕਿਸੇ ਦੇ ਬੰਦੇ ਦੇ ਖਿਲਾਫ਼ ਇਹ ਜਿਹਾ ਕੰਮ ਨਹੀਂ ਹੋਣਾ ਚਾਹੀਦਾ, ਬਰਦਾਸ਼ਤ ਕਰਨ ਯੋਗੇ ਨਹੀਂ ਹੈ। ਮੈਂ ਹੋਮ ਮਿਨਿਸਟਰ ਅਮਿਤ ਸ਼ਾਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਕਰਾਂਗਾ ਇਨ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਣ ਔਰ ਇਸ 'ਤੇ ਬਿਲਕੁਲ ਸਖਤੀ ਨਾਲ ਕਾਰਵਾਈ ਹੋ ਸਕੇ, ਤਾਂ ਕਿ ਆਉਣ ਵਾਲੇ ਦਿਨਾਂ 'ਚ ਕੋਈ ਵੀ ਆਦਮੀ ਕਿਸੇ ਦੇ ਖਿਲਾਫ਼ ਨਾ ਬੋਲ ਸਕੇ ਔਰ ਨਾ ਹੱਥ ਚੁੱਕ ਸਕੇ ਔਰ ਨਾ ਕਿਸੇ ਨਾਲ ਅਨਿਆਏ ਕਰ ਸਕੇ। ਦਿੱਲੀ ਦੇ ਮੁਖਰਜੀ ਨਗਰ ਵਿੱਚ ਸਿੱਖਾਂ ਨਾਲ ਕੁੱਟਮਾਰ ਨੂੰ ਲੈ ਕੇ ਜਲੰਧਰ ਵਿੱਚ ਦਿੱਲੀ ਪੁਲਿਸ ਖਿਲਾਫ਼ ਸਿੱਖ ਤਾਲਮੇਲ ਕਮੇਟੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਦਿੱਲੀ ਪੁਲਿਸ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਦੋਸ਼ੀਆਂ ਦੇ ਖਿਲਾਫ਼ ਕਾਨੂੰਨ ਦੀ ਧਾਰਾ 295A ਦੇ ਤਹਿਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਜਲੰਧਰ ਦੇ DCP ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਜਿਹੜਾ ਸਿੱਖ ਤਾਲਮੇਲ ਕਮੇਟੀਆਂ ਨੇ, ਜਿਹੜਾ ਸਿੱਖ ਜਥੇਬੰਦੀਆਂ ਨੇ, ਜਿਹੜਾ ਅੱਜ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਰੋਸ ਮੁਜ਼ਾਹਰਾ ਕੀਤਾ ਵਾ, ਇਹਦੇ ਵਿੱਚ ਇਹਨਾਂ ਨੇ ਇੱਕ ਇੰਸੀਡੈਂਟ ਨੂੰ ਰੇਟ ਕੀਤਾ ਜਿਹੜੀ ਦਿੱਲੀ ਮੁਖਰਜੀ ਨਗਰ ਥਾਣੇ ਦੇ ਵਿੱਚ ਹੋਈ ਆ, ਜਿਹਦੇ ਵਿੱਚ ਦੋ ਸਿੱਖ ਯੂਥ ਹੈ ਜਿਹੜੇ ਕਿ ਦਿੱਲੀ ਪੁਲਿਸ ਦੇ ਨਾਲ ਉਹਨਾਂ ਦਾ ਆਪ 'ਚ ਅਲਟਰਕੇਸ਼ਨ ਹੋ ਰਿਹਾ ਵਾ। ਉਸ ਸੰਬੰਧ ਵਿੱਚ ਜਿਹੜਾ ਇਹਨਾਂ ਨੇ ਆਪਦਾ ਜਿਹੜਾ ਕੋਈ ਰੋਸ ਜ਼ਾਹਿਰ ਕੀਤਾ, ਉਸ ਸੰਬੰਧੀ ਜਿਹੜਾ ਇਹਨਾਂ ਨੇ ਸਾਨੂੰ ਜਿਹੜੇ ਮੰਗ ਪੱਤਰ ਦਿੱਤਾ, ਉਹ ਮੰਗ ਪੱਤਰ ਜਿਹੜਾ ਸਾਰਾ ਅਸੀਂ ਰੈਫਰ ਕਰ ਦਾਂਗੇ, ਕਿਉਂਕਿ ਇਹਦੀ ਜਿਹੜੀ ਜੁਰਿਸਡਿਕਸ਼ਨ ਆ ਉਹ ਸਾਰੀ ਦਿੱਲੀ ਪੁਲਿਸ ਦੀ ਆ, ਉਹਨਾਂ ਨੇ ਹੀ ਕਾਰਵਾਈ ਕਰਨੀ ਹੈ। 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਆਗੂਆਂ ਨੇ ਲੁਧਿਆਣਾ ਪ੍ਰਸ਼ਾਸਨ ਤੇ ਦੋਸ਼ ਲਗਾਏ ਨੇ ਕਿ ਦਿੱਲੀ ਦੰਗਾ ਪੀੜਤਾਂ ਦੇ 160 ਲਾਲ ਕਾਰਡ ਰੱਦ ਕਰ ਦਿੱਤੇ ਗਏ ਨੇ, 6-7 ਹੋਰ ਕਾਰਡ ਜਿਹੜੇ ਨੇ ਰੱਦ ਕਰਨ ਦੀ ਤਿਆਰੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਇਸਤਰੀ ਵਿੰਗ ਦੇ ਪ੍ਰਧਾਨ ਗੁਰਦੀਪ ਕੌਰ ਨੇ ਦੱਸਿਆ ਕਿ ਲੁਧਿਆਣਾ ਪ੍ਰਸ਼ਾਸਨ ਦੰਗਾ ਪੀੜਤਾਂ ਨਾਲ ਬਿਲਕੁਲ ਨਾਜਾਇਜ਼ ਕਰ ਰਿਹਾ ਹੈ। ਜੋ 2 ਲੱਖ ਮੁਆਵਜ਼ਾ ਦਿੱਤਾ ਗਿਆ ਸੀ ਉਸ ਨੂੰ ਵੀ ਵਾਪਸ ਲੈਣ ਅਤੇ ਘਰ ਅਤੇ ਬੁੱਤਾਂ ਦੀ ਵਾਪਸੀ ਲਈ ਵੀ ਦਬਾਅ ਬਣਾਇਆ ਜਾ ਰਿਹਾ ਹੈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਅੱਜ ਜਿਹੜਾ ਹੈਗਾ ਅਸੀਂ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ, ਇਹ ਸਾਡੇ 1986 ਦੇ ਵਿੱਚ ਜਿਹੜੇ ਕੁਛ ਲਾਲ ਕਾਰਡ ਬਣੇ ਸਨ, ਲਾਲ ਕਾਰਡ ਯਾਨੀ ਕਿ ਸਾਡੀ ਜੋ ਆਈਡੈਂਟੀ ਕਾਰਡ ਬਣੇ ਸਨ, ਵੀ ਜਿਹੜੇ ਅਸੀਂ 84 ਵਿੱਚ ਅਲੱਗ ਅਲੱਗ ਸੂਬਿਆਂ ਤੋਂ ਉੱਜੜ ਕੇ ਆਏ ਸੀਗੇ, ਇੱਥੇ ਪੰਜਾਬ ਸਰਕਾਰ ਨੇ ਸਾਡੇ ਇੱਕ ਆਈਡੈਂਟੀ ਕਾਰਡ ਬਣਾਏ ਸਨ, ਉਹਨਾਂ ਲਾਲ ਕਾਰਡਾਂ ਨੂੰ ਅੱਜ ਬਗੈਰ ਕਿਸੇ ਵਜ੍ਹਾ ਤੋਂ ਕੈਂਸਲ ਕੀਤਾ ਜਾ ਰਿਹਾ ਹੈਗਾ, ਇੱਕ ਬਦਲੇ ਦੀ ਭਾਵਨਾ ਨਾਲ ਕੈਂਸਲ ਕੀਤਾ ਜਾ ਰਿਹਾ ਹੈਗਾ। ਕੁਝ ਕਾਂਗਰਸੀ ਜਿਹੜੇ ਹੈਗੇ ਨੇ ਉਹ ਸ਼ਰਾਰਤ ਕਰਕੇ ਸਾਡੀਆਂ ਝੂਠੀਆਂ ਸ਼ਿਕਾਇਤਾਂ ਕਰਕੇ ਦਫ਼ਤਰਾਂ ਦੇ ਵਿੱਚ ਸਾਨੂੰ ਜਲੀਲ ਕਰ ਰਹੇ ਹੈਗੇ ਨੇ, ਸਾਡੇ ਲਾਲ ਕਾਰਡ ਕੈਂਸਲ ਕਰ ਰਹੇ ਨੇ। 160 ਕਾਰਡ ਜਿਹੜਾ ਉਹਨਾਂ ਨੇ ਕੈਂਸਲ ਕਰ ਦਿੱਤਾ ਸਰਕਾਰ ਨੇ, ਔਰ ਕੈਂਸਲ ਕਰਕੇ ਉਹਦੇ ਸਾਨੂੰ ਨੋਟਿਸ ਲੋਕਾਂ ਨੂੰ ਕੱਢ ਦਿੱਤੇ,
ਭਈ ਜੋ ਤੁਹਾਨੂੰ ਸਹੂਲਤ ਮਿਲੀ ਆ 2 ਲੱਖ ਦੀ ਉਹ ਵੀ ਵਾਪਸ ਕੀਤੀ ਜਾਵੇ ਅਤੇ ਜਿਹੜਾ ਤੁਹਾਨੂੰ ਕੋਈ ਮਕਾਨ ਮਿਲਿਆ ਜਾਂ ਕੋਈ ਬੂਥ ਮਿਲਿਆ ਹੈਗਾ ਉਹ ਵੀ ਵਾਪਸ ਕੀਤਾ ਜਾਵੇ। ਸਾਡੇ ਜਿਹੜੇ ਰੈੱਡ ਕਾਰਡ ਕੈਂਸਲ ਹੋਏ ਨੇ ਇਹ ਤੁਰੰਤ 1 ਮਹੀਨੇ ਦੇ ਵਿੱਚ ਬਹਾਲ ਨਹੀਂ ਕੀਤੇ ਜਾਂਦੇ, ਜਿਹੜੀਆਂ ਇਨਕੁਆਇਰੀਆਂ ਹੋ ਰਹੀਆਂ ਨੇ ਉਹ ਤੁਰੰਤ ਬੰਦ ਨਹੀਂ ਕੀਤੀਆਂ ਜਾਣੀਆਂ। 1 ਮਹੀਨੇ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੀ ਆਪਣੀ ਸੋਸਾਇਟੀ ਦੀ ਜਿਹੜੀ ਮੀਟਿੰਗ ਹੈਗੀ ਹੈ ਇਹ ਬੁਲਾ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਕੈਪਟਨ ਅਰਮਿੰਦਰ ਸਿੰਘ ਜੀ ਦੀ ਕੋਠੀ ਦੇ ਅੱਗੇ ਆਤਮਦਾਹ ਉਲੀਕਾਂਗੇ ਅਤੇ ਸੋਨੀਆ ਗਾਂਧੀ ਦੀ ਕੋਠੀ ਦੇ ਅੱਗੇ ਵੀ ਆਤਮਦਾਹ ਦਾ ਪ੍ਰੋਗਰਾਮ ਉਲੀਕਾਂਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਕਰਮਾ ਦੀ ਧੁਆਈ ਲਈ ਵਰਤੇ ਜਾਂਦੇ ਅਤੇ ਬਾਰਿਸ਼ ਦੌਰਾਨ ਜਮ੍ਹਾਂ ਹੁੰਦੇ ਪਾਣੀ ਨੂੰ ਮੁੜ ਧਰਤੀ ਹੇਠ ਭੇਜਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਦੇ ਨਾਲ ਪਲਾਂਟ ਸਥਾਪਿਤ ਕੀਤਾ ਗਿਆ ਏ। ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ IAS ਅਧਿਕਾਰੀ ਕਾਨ ਸਿੰਘ ਪੰਨੂ, ਡਾਇਰੈਕਟਰ ਵਾਤਾਵਰਨ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਬਿਜਲੀ ਬੋਰਡ ਦੇ ਆਲਾ ਅਧਿਕਾਰੀਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਲਗਾਏ ਗਏ ਪਲਾਂਟ ਦਾ ਨਿਰੀਖਣ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਂਝੇ ਯਤਨਾਂ ਦੇ ਨਾਲ ਇਹ ਪਲਾਂਟ ਵਾਤਾਵਰਨ ਦੀ ਸਾਂਭ ਸੰਭਾਲ ਦੇ ਮੰਤਵ ਨਾਲ ਲਗਾਇਆ ਗਿਆ ਹੈ। ਵਿੱਚੋਂ ਪ੍ਰਕਰਮਾ ਧੋਣ ਵੇਲੇ ਬਾਹਰ ਨਿਕਲਦਾ ਹੈ ਉਸ ਪਾਣੀ ਦਾ ਇੱਕ ਮਸਲਾ ਸੀ ਸ਼੍ਰੋਮਣੀ ਕਮੇਟੀ ਦੇ ਸਾਹਮਣੇ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਹਮਣੇ, ਕਿ ਉਸ ਪਾਣੀ ਨੂੰ ਕਿਸ ਤਰ੍ਹਾਂ ਸਾਂਭਿਆ ਜਾਵੇ। ਇਹ ਸਾਡੇ ਕੋਲ ਜਾਣਕਾਰੀ ਸੀ ਕਿ ਉਹ ਪਾਣੀ ਸਾਰਾ ਸੀਵਰੇਜ 'ਚ ਜਾ ਰਿਹਾ ਅਤੇ ਉਹ ਸੀਵਰੇਜ 'ਚ ਨਹੀਂ ਜਾਣਾ ਚਾਹੀਦਾ। ਜਿਵੇਂ ਬਾਬਾ ਨਾਨਕ ਨੇ ਅੱਜ ਤੋਂ 550 ਸਾਲ ਪਹਿਲਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਕੰਸੈਪਟ ਸਾਨੂੰ ਦਿੱਤਾ ਹੈਗਾ ਅਤੇ ਪਾਣੀ ਨੂੰ ਕਿੱਡਾ ਵੱਡਾ ਮਹੱਤਵ ਦਿੱਤਾ, ਉਸ ਮਹੱਤਵ ਨੂੰ ਸਮਝਦੇ ਹੋਏ ਇਹ ਸਾਰੇ ਪੰਜਾਬੀਆਂ ਦੀ ਸਾਰੀ ਗੁਰੂ ਨਾਨਕ ਨਾਮ ਦੇਵਾ ਸੰਗਤ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪਾਣੀ ਨੂੰ, ਅਸੀਂ ਆਪਣੀ ਹਵਾ ਨੂੰ, ਅਸੀਂ ਆਪਣੇ ਵਾਤਾਵਰਨ ਨੂੰ ਸਾਂਭੀਏ। ਉਸ ਲੜੀ ਦੇ ਵਿੱਚ ਇੱਥੇ ਜਿੰਨਾ ਪਾਣੀ ਨਿਕਲਦਾ ਹੈ ਉਹਦੀ ਕੁਆਂਟੀਫਾਈ ਤਾਂ ਨਹੀਂ ਹੋਇਆ, ਪਰ ਇਹ ਲੱਗਦਾ ਕਿ 2 ਲੱਖ ਲੀਟਰ ਤੋਂ ਲਾ ਕੇ ਸ਼ਾਇਦ 5-7 ਲੱਖ ਲੀਟਰ ਤੱਕ ਪਾਣੀ ਨਿਕਲਦਾ ਹੈ। ਅਤੇ ਉਹ ਪਾਣੀ ਸੀਵਰੇਜ ਦੇ ਵਿੱਚ ਨਾ ਜਾਵੇ, ਉਹਨੂੰ ਸਾਂਭ ਕੇ ਧਰਤੀ ਦੇ ਥੱਲੇ ਪਹੁੰਚਾਇਆ ਜਾਵੇ। ਉਹਦੇ ਵਾਸਤੇ ਬਹੁਤ ਹੀ ਸੁਧਿਆ ਹੋਇਆ ਇੱਕ ਸਿਸਟਮ ਇੱਥੇ ਦਰਬਾਰ ਸਾਹਿਬ 'ਚ ਲਗਾਇਆ ਗਿਆ। ਇਸ ਸਿਸਟਮ ਦੇ ਨਾਲ ਉਹ ਪਾਣੀ ਸਾਫ਼ ਹੋ ਕੇ ਸਾਰੇ ਸਾਰਾ ਧਰਤੀ ਦੇ ਅੰਦਰ ਜਾ ਰਿਹਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ। ਸਬਸਕ੍ਰਾਈਬ ਕਰੇ ਚੜ੍ਹਦੀ ਕਲਾ ਟਾਈਮ ਟੀਵੀ ਕੋ ਔਰ ਲੇਟੈਸਟ ਅਪਡੇਟ ਪਾਣੇ ਕੇ ਲੀਏ ਪ੍ਰੈਸ ਕਰੇ ਬੈਲ ਆਇਕਨ ਕੋ।